ਜੇ ਆਜ਼ਾਦੀ ਰਾਹੁਲ ਜੀ ਬਰਕਰਾਰ ਰੱਖੀ ਤੇ 1980 ਤੇ 90 ਦੇ ਦਹਾਕਿਆਂ ਦੇ ਵਿੱਚ ਜਦੋਂ ਇੱਥੇ ਬੰਬ ਚੱਲਦੇ ਸੀ ਗੋਲੀਆਂ ਚੱਲਦੀਆਂ ਸੀ 2200 ਤੋਂ ਵੱਧ ਕਾਂਗਰਸ ਤੇ ਵਰਕਰਾਂ ਨੇ ਕਾਂਗਰਸ ਦੇ ਕਾਰਡਰਜ਼ ਨੇ ਕਾਂਗਰਸ ਦੇ ਲੀਡਰਜ਼ ਨੇ ਆਪਣੀ ਸ਼ਹਾਦਤ ਦੇ ਕੇ ਇਸ ਦੇਸ਼ ਦੀ ਯੂਨਿਟੀ ਅਤੇ ਇੰਟੀਗ੍ਰਿਟੀ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਉਸ ਨੂੰ ਬਹਾਲ ਰੱਖਿਆ ਅੱਜ ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹਨਾਂ ਸਮੂਚਾ ਦੇਸ਼ ਇੰਡੀਅਨ ਨੈਸ਼ਨਲ ਕਾਂਗਰਸ ਤੇ ਅਤੇ ਤੁਹਾਡੇ ਵੱਲ ਗਾਂਧੀ ਪਰਿਵਾਰ ਵੱਲ ਤੱਕ ਰਿਹਾ ਸੀ ਕਿ ਇਹ ਜੜੀਆਂ ਫਿਰਕੂ ਪਾਰਟੀਆਂ ਨੇ ਇਹਨਾਂ ਨੂੰ ਜਵਾਬ ਦੇਣ ਵਾਸਤੇ ਕੋਈ ਨਾ ਕੋਈ ਤਗੜਾ ਲੀਡਰ ਉੱਠੇ ਤੇ ਸਾਰੀਆਂ ਕੌਮਾਂ ਨੂੰ ਸਾਰੇ ਦੇਸ਼ ਨੂੰ ਇਕੱਠੇ ਕਰਨ ਦਾ ਉਪਰਾਲਾ ਕਰੇ 3750 ਕਿਲੋਮੀਟਰ ਚੱਲ ਕੇ ਗੱਲ ਕਹਿ ਦੇਣੀ ਬੜੀ ਸ਼ੌਕੀ ਆ ਜਿਹੜੇ ਬਾਕੀ ਦੇ ਲੀਡਰ ਨੇ ਮੈਂ ਇਹਨਾਂ ਨੂੰ ਕਹਿੰਨਾ ਕੋਈ 50 ਕਿਲੋਮੀਟਰ ਹੀ ਚੱਲ ਕੇ ਵਕਾ 3750 ਕਿਲੋਮੀਟਰ 5 ਮਹੀਨੇ ਲਗਾਤਾਰ ਕਨਿਆ ਕੁਮਾਰੀ ਤੋਂ ਲੈ ਕੇ ਹੁਣ ਕਸ਼ਮੀਰ ਨੂੰ 30 ਤਰੀਕ ਵਾਲੇ ਦਿਨ 30 ਜਨਵਰੀ ਨੂੰ ਸ਼੍ਰੀਨਗਰ ਦੇ ਵਿੱਚ ਦੇਸ਼ ਦਾ ਝੰਡਾ ਲਰਾਉਣਗੇ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਜੇ ਸੂਬੇ ਵਿੱਚ ਤੁਸੀਂ ਆਏ ਹੋ ਰਾਹੁਲ ਜੀ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਇਸ ਟਾਈਮ ਲੋਕਾਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਰਵਾਇਤੀ ਪਾਰਟੀਆਂ ਨੂੰ ਨਜ਼ਰ ਅੰਦਾਜ਼ ਕਰਕੇ ਕਿਉਂਕਿ ਅਸੀਂ ਉਹਨਾਂ ਦੀਆਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਨਹੀਂ ਸੀ ਪੂਰੇ ਉਤਰ ਸਕੇ ਸਾਡੇ ਵਿੱਚ ਕਮੀਆਂ ਸਨ ਉਹ ਕਮੀਆਂ ਆਂਦੇ ਵਕਤ ਸਾਨੂੰ ਦੂਰ ਕਰਨੀਆਂ ਪੈਣਗੀਆਂ ਸਾਫ਼ ਸੁਥਰੇ ਚਿਹਰੇ ਲਿਆਣੇ ਪੈਣਗੇ ਚੰਗੇ ਲੋਕ ਲਿਆਣੇ ਪੈਣਗੇ ਸਾਡੀ ਪਾਰਟੀ ਨਾਲ ਜੁੜੇ ਹੋਏ ਆਈਡੀਓਲੋਜੀ ਦੇ ਲੋਕ ਲੈ ਕੇ ਆਣੇ ਪੈਣਗੇ ਕਾਂਗਰਸ ਦੀ ਸੋਚ ਨਾਲ ਜੁੜੇ ਹੋਏ ਲੋਕ ਹੁੰਦੇ ਤੇ ਜੋ ਸਾਡਾ ਹਾਲ ਹੋਇਆ ਕਦੀ ਵੀ ਨਾ ਹੁੰਦਾ ਤੋ ਇਸ ਗੱਲ ਕਰ ਮੈਂ ਕਹਿਣਾ ਚਾਹਨਾ ਹੈ ਜਿਹੜਾ ਬਦਲਾ ਆਇਆ ਇਹਨੇ ਕੰਪਲੀਟ ਪੰਜਾਬ ਨੂੰ ਅੱਜ ਫੇਲ ਕਰ ਦਿੱਤਾ ਕਿਸੇ ਆਦਮੀ ਦੀ ਰਾਹੁਲ ਜੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ maal ਮਹਿਫੂਜ਼ ਨਹੀਂ ਤਿੰਨੋਂ ਪਾਸੇ ਸਾਡੇ ਤੇ ਅਟੈਕ ਚੱਲ ਰਿਹਾ ਪਾਕਿਸਤਾਨ ਚੋਂ ਬਾਰਡਰਾਂ ਤੋਂ ਅਕ੍ਰੋਸ ਹਰ ਰੋਜ਼ ਸਫਿਸਟਿਕੇਟਿਡ ਹਥਿਆਰ ਪੰਜਾਬ ਦੇ ਵਿੱਚ ਆ ਰਹੇ ਨੇ ਨਸ਼ਾ ਇਥੇ ਆ ਰਿਹਾ ਹੈ ਸੈਂਟਰ ਦੀ ਏਜੰਸੀਆਂ ਪੰਜਾਬ ਦੇ ਹਾਲਾਤ ਬਗਾੜਨ ਦੀ ਪਰ ਜ਼ੋਰ ਕੋਸ਼ਿਸ਼ ਕਰ ਰਹੀਆਂ ਜਦੋਂ ਪੰਜਾਬ ਜਾਗਦਾ ਰਾਹੁਲ ਜੀ ਉਦੋਂ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਹੁੰਦਾ ਜਦੋਂ ਉਹ ਜਾਗਦਾ ਪੰਜਾਬ ਸੁੱਤਾ ਹੁੰਦਾ ਵੱਧ ਕਿਸਮਤੀ ਸਾਡੀ ਇਹ ਹੈ ਰਿਮੋਟ ਕੰਟਰੋਲ ਨਾਲ ਚੱਲ ਰਿਹਾ ਪੰਜਾਬ ਪੰਜਾਬ ਨੇ ਵੋਟਾਂ ਪਾਈਆਂ ਸੀ ਭਗਵੰਤ ਮਾਨ ਨੂੰ ਰਾਜ ਕਰ ਰਿਹਾ ਕੇਜਰੀਵਾਲ ਇੱਥੇ ਰਾਜ ਕਰ ਰਿਹਾ ਰਾਗਵ ਚੱਡਾ ਇੱਥੇ ਰਾਜ ਕਰ ਰਿਹਾ ਨਵਲ ਅਗਰਵਾਲ ਰਿਮੋਟ ਦੇ ਨਾਲ ਪੈਰਲ ਸਰਕਾਰ ਚੱਲ ਰਹੀ ਏ ਪੀਸੀਐਸ ਅਫਸਰ ਖਿਲਾਫ ਆਈਐਸ ਅਫਸਰ ਖਿਲਾਫ ਬਗਾਵਤ ਹੋ ਚੁੱਕੀ ਏ ਕਿਉਂਕਿ ਦੋ ਪੈਰਲ ਸੈਂਟਰ ਇੱਥੇ ਚੱਲ ਰਹੇ ਏ ਇਹ ਸਾਰੀ ਗੱਲ ਵਾਸਤੇ ਪੰਜਾਬੀਆਂ ਨੂੰ ਉੱਠਣਾ ਪਏਗਾ ਅੱਜ ਜੇ ਤੁਸੀਂ ਵੇਖੋ ਜ਼ੀਰੇ ਦਾ ਕੱਲ ਹੀ ਇਹਨਾਂ ਫੈਸਲਾ ਲਿਆ ਫੈਕਟਰੀ ਬੰਦ ਕਰਨ ਦਾ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਨਾ ਓਏ ਜਿਹੜਾ ਭਗਵੰਤ ਮਾਨ ਨੇ ਕੰਮ ਕੀਤਾ ਇਹਦੇ ਤੋਂ ਵੀ ਵਿਚਾਰ ਰੱਖੋ ਇਹਨੂੰ ਪਤਾ ਕਾਨੂੰਨੀ ਤੌਰ ਤੇ ਮੈਂ ਕੰਮ ਕਰ ਨਹੀਂ ਸਕਦਾ ਕਾਨੂੰਨ ਨੇ ਹਾਈ ਕੋਰਟ ਨੇ ਸਟੇ ਕਰ ਦੇਣਾ ਮੈਂ ਲੋਕਾਂ ਵਿੱਚ ਸੱਚੇ ਹੋਣ ਵਾਸਤੇ ਸਾਰਾ ਡਰਾਮਾ ਰਚਾਇਆ ਜਾ ਰਿਹਾ ਇਹ ਤੋਂ ਪਹਿਲੇ ਮੱਤੇਵਾੜੇ ਚ ਦੋ ਕਦਮ ਅੱਗੇ ਚੱਲਦੇ ਨੇ ਸੱਤ ਕਦਮ ਪਿਛਾਣੂ ਚੱਲਦੇ ਨੇ ਤੋਂ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਨਾ ਤਗੜੇ ਹੋਵੋ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਆ ਜਿਹੜੇ ਰੋਜ਼ ਛੱਡ ਛੱਡ ਕੇ ਜਾ ਰਹੇ ਨੇ ਇਹ ਪਹਿਲੇ ਹੀ ਸਾਡੇ ਨਹੀਂ ਸੀ ਇਹ ਸਾਡੀ ਪਾਕੂ ਨਜ਼ਰ ਨੇ ਪਹਿਲੇ ਤੋਂ ਖਾਕਦ ਓਏ ਸੋਏ ਆ ਜਿਹੜਾ ਹੁਣ ਗਿਆ ਜੇ ਜਿਹੜਾ ਕੱਲ ਗਿਆ ਇਹਦੇ ਤਾਏ ਨੇ ਤੇ ਖਾਕੀ ਰੰਗ ਦੀ ਨਿਕਰ ਪਜਾਮੇ ਦੇ ਥੱਲੇ ਪਾਈ ਸੀ ਇਹਨੇ ਤੇ ਹੁਣ ਪਜਾਮੇ ਦੇ ਉੱਤੋਂ ਦੀ ਪਾ ਲਈ ਇਹ ਸਾਡੀ ਪਹਿਲੇ ਅਕਾਲੀ ਦਲ ਦਾ ਫਾਈਨੈਂਸ ਮਿਨਿਸਟਰ ਸੀ ਉਹਨਾਂ ਦਾ ਭੋਗ ਪਾਇਆ। ਫੇਰੇ ਸਾਡਾ ਪਾ ਗਿਆ। ਹੁਣੇ ਅੰਤਮ ਅਰਦਾਸ ਕਰਨ ਵਾਸਤੇ ਭੱਜ ਭਾਦੀ ਉੱਥੇ ਪਹੁੰਚ ਗਿਆ। ਇਹ ਜਿੰਨਾ ਗੰਦਮੰਦ ਹੈ ਰਾਹੁਲ ਜੀ ਕੱਢ ਦਿਓ ਟਾਈਮ ਸਰ। ਸੁਚੱਜੇ ਬੰਦੇ, ਸਿਆਣੇ ਬੰਦੇ, ਸਾਫ ਸੁਥਰੀ ਇਮੇਜ ਵਾਲੇ ਲਿਆਈਏ। ਆਹ ਠੱਗ ਠੋਰੀਆ ਤੋਂ ਬਚੀਐ ਸੀ। ਜੇ ਕਾਂਗਰਸ ਨੂੰ ਅੱਗੇ ਲੈ ਕੇ ਆਣਾ ਸਾਫ ਸੁਥਰੀ ਇਮੇਜ ਵਾਲੇ ਬੰਦੇ, ਦ੍ਰਿੜਤਾ ਵਾਲੇ ਬੰਦੇ ਕਾਂਗਰਸ ਦੀ ideologies ਵਾਲੇ ਬਸ ਤੇ ਲੈ ਕੇ ਆਣੇ ਪਹਿਣਗੇ ਆ ਪੈਰਾਸ਼ੂਟਰਾਂ ਦਾ ਕੰਮ ਨਹੀਂ ਜੇ ਚੱਲਣਾ ਪੈਰਾਸ਼ੂਟਰਾਂ ਨੇ ਅੱਗੇ ਕਾਂਗਰਸ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪਈ ਸਨ ਜੋ ਲੰਬਾ ਨਾ ਜਾਂਦਾ ਹੋਇਆ ਮੈਂ ਤੁਹਾਨੂੰ ਵੈਲਕਮ ਕਰਨਾ ਰਾਹੁਲ ਜੀ ਮੇਰੇ ਵੱਲ ਥੋੜਾ ਜਿਹਾ ਧਿਆਨ ਕਰਿਓ ਤੁਹਾਡੇ ਪਰਨਾਲਾ ਜੀ ਨੇ ਪੰਜਾਬ ਦੇ ਵਿੱਚ ਪਖੜਾ ਦਿੱਤ ਤੁਹਾਡੇ ਪਰਨਾਲਾ ਜੀ ਨੇ ਹਰੀ ਕ੍ਰਾਂਤੀ ਦਿੱਤੀ ਹੁਣ ਦੂਜੀ ਹਰੀ ਕ੍ਰਾਂਤੀ ਦੀ ਲੋੜ ਆ ਉਹ ਅੱਜ ਵਾਦਾ ਕਰਕੇ ਜਾਇਓ ਇੱਥੇ ਜਦੋਂ ਚਵੀ ਦੇ ਵਿੱਚ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਣਾ ਸੀ ਕਿਸੇ ਹੋਰ ਨੂੰ ਨਹੀਂ ਤੇ ਬਣਾਣਾ ਇਹ ਵੀ ਫੈਸਲਾ ਇੱਥੇ ਸੁਣਾ ਕੇ ਜਾਇਓ ਇਹ ਨਾ ਹੋਏ ਅਸੀਂ ਜਿਤਾ ਕੇ ਕੱਲੀਏ ਤੁਸੀਂ ਕਹੋਣਾ ਦੂਜੇ ਨੂੰ ਬਣਾ ਦਿਓ ਅਸੀਂ ਨਹੀਂ ਤੇ ਬੰਨਣਾ ਆ ਗੱਲ ਸਟੇਜ ਤੋਂ ਸੁਣ ਲਓ ਪ੍ਰਧਾਨ ਮੰਤਰੀ ਤੁਸੀਂ ਹੀ ਹੋਗੇ ਅਸੀਂ ਹੋਰ ਨਹੀਂ ਤੇ ਕੋਈ ਵੀ ਫਰਜੀ ਬਣਾਣਾ ਆ ਕਈ ਪਹਿਲੇ ਲੈ ਆਂਦੇ ਨੇ ਐਨੂੰ ਬਣਾ ਦੋ ਜੇ ਐਹੀ ਨਹੀਂ ਜਵਨਣਾ ਐਂ ਕਹਲਾ ਤੁਹਾਨੂੰ ਮਿਲਣਾ ਤੇ ਪੰਜਾਬ ਦੇ ਵੈਸੇ ਗੱਲ ਪੱਕੀ ਸੁਣ ਲੋ ਦੂਜੀ ਹਰੀ ਕ੍ਰਾਂਤੀ ਤੁਸੀਂ ਲੈ ਕੇ ਆਣੀ ਇਹ ਜਿਹੜੀ ਅਗਨੀ ਪਥ ਫੌਜੀਆ ਨੂੰ ਠੇਕੇ ਤੇ ਰੱਖ ਲਿਆ ਕਦੀ ਬਾਡਰਾਂ ਤੇ ਫੌਜ ਕਦੀ ਠੇਕੇ ਵਾਲੀਆਂ ਫੌਜਾਂ ਵੀ ਲੜਦੀਆਂ ਹੁੰਦੀਆਂ ਅਜੇ ਕਿਰਾਏ ਦੇ ਫੌਜੀ ਵੀ ਕਦੀ ਸੋਨੇ ਤੇ ਲੜਦੇ ਇਹ ਅਗਨੀ ਪਥ ਵੀ ਰੋਕਣਾ रेगुलर भर्ती उस तरह चलेगी जिस तरह पहली आई है तो मैं जेड़े वीर मेरे राहुल गांधी चाहते हम मैं एक जकारा लगा दो तगड़े होके आवाज जड़ी है एक पासे हरी, 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 हरी हाँ अगर हिंदी में आप चाहते मैं बताता हूं नेहरू समझ गए आप हम वो क्रांति तो हम ले ही आएंगे हम ये कह रहे हैं प्रधानमंत्री के कैंडिडेट आप हमारे होंगे हम किसी और प्रॉक्सी को नहीं संभालना यह बात अच्छी तरह समझ लीजिए आगे ही प्रॉक्सी रूल ने हमारा नुकसान बहुत किया तो ਮੈਂ ਲੰਬਾ ਨਾ ਜਾਂਦਾ ਹਾਂ ਇੱਕ ਜਕਾਰਾ ਛਡੋ ਬਾਵਾ ਖੜੀਆਂ ਕਰਕੇ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਖੜ ਗਏ ਸਾਹਿਬ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਬੋਲੇ ਸੋ ਨਿਹਾਲ